ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਵੀਰ ਲੇਕਾ ਤੇ ਤੁਸੀਂ ਦੇਖ ਰਹੇ ਟ੍ਰੈਕਟਰ ਅਗਰੀਕਲਚਰ YouTube ਚੈਨਲ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ ਹੈ ਆਪਣੇ ਵਾਲਾ 85 ਇਹ ਪਿਛਲੇ ਦਿਨਾਂ 'ਚ ਖਲਾਇਆ ਸੀ ਸ਼ਾਇਦ ਕੁਝ ਲੋਕਾਂ ਨੇ ਵੀਡੀਓ ਦੇਖੀ ਹੋਵੇ ਇਹਦਾ ਹੈ ਪੰਪ ਦਾ ਕੰਮ ਕਰਵਾਉਣਾ ਸੀਗਾ ਸਲਫ ਨਵਜ਼ਲਾ ਇਹ ਜੰਗਲਾ ਇਹਨੂੰ ਲਾਇਆ ਲਾਇਆ ਵਾ ਅੱਗੇ ਜੰਗਲਾ ਨੂੰ ਹੈ ਨਹੀਂ ਸੀ ਕਿਉਂਕਿ ਅਸਲ ਇਹਨੇ ਗੰਨੇ ਤੇ ਲਾਉਣਾ ਇਹਨੂੰ ਜੰਗਲਾ ਲਾਇਆ ਵਾ ਸਾਡੇ ਵਾਲੀ ਸਾਈਡ ਤੇ ਜੰਗਲੇ ਤੱਕੇ ਵਾਲੇ ਬਣਦੇ ਆ ਕੁਝ ਇਸ ਤਰ੍ਹਾਂ ਦੇ ਇਹਦਾ ਪਿੱਛੋਂ ਇਹ ਇਹ ਥੋੜਾ ਜਿਹਾ ਸ਼ਾਇਦ ਨੂੰ ਮਹਿਸੂਸ ਹੋ ਰਿਹਾ ਕਿ ਟਰੈਕਟਰ ਦੀ ਬਾਡੀ ਨਾਲ ਅੱਗੇ ਜ਼ਿਆਦਾ ਵਾ ਉਹਦੀ ਵਜ੍ਹਾ ਹੈ ਕਿ ਗੰਨਾ ਜਦੋਂ ਤੱਕਾ ਲਾਉਨੇ ਗੰਨਾ ਬਹੁਤ ਪਿੱਛੇ ਆਇਆ ਹੁੰਦਾ ਸ਼ੋਚ ਲੱਗਦਾ ਕਿ ਇਹ ਯਾਨੀ ਕਿ ਇੱਥੋਂ ਸਟਾਰਟਿੰਗ ਪੁਆਇੰਟ ਤੋਂ ਲਾ ਕੇ ਇੱਥੋਂ ਇਹ ਸਟਾਰਟਿੰਗ ਪੁਆਇੰਟ ਤੋਂ ਲਾ ਕੇ ਤਿਆਰੀ ਇਹ 4.5 ਫੁੱਟ ਦੇ ਵਿੱਚ ਆ ਪਹਿਲਾਂ ਸਵਾ ਚਾਰਜ ਕਰਦੇ ਸੀ ਪਹਿਲਾਂ ਚਾਰਜ ਕਰਦੇ ਸੀ ਫਿਰ ਸਵਾ ਚਾਰ ਲਾਪੇ ਹੁਣ 4.5 ਫੁੱਟ ਦੇ ਵਿੱਚ ਆ ਤਿਆਰੀ ਇਹਦੀ ਤੇ ਇਹਦਾ ਵਜ਼ਨ ਹੈ ਜੀ 135 ਕਿਲੋ ਆਲਮੋਸਟ 32 ਤੋਂ 35 ਕਿਲੋ ਦੇ ਦਰਮਿਆਨ ਦਰਮਿਆਨ ਆ ਕੱਲੇ ਦਾ ਵਜ਼ਨ ਨਹੀਂ ਕੀਤਾ ਵੈਸੇ ਟਰੈ ਇਹ ਇਸ ਤਰ੍ਹਾਂ ਇਹ ਨੂੰ ਇਹ ਐਂਗਲ ਲੱਗਾ ਹੋਇਆ ਐ ਨੂੰ ਇੱਥੇ ਸਪੋਰਟ ਲੱਗੀ ਹੋਈ ਹੈ ਐ ਇਸ ਤਰ੍ਹਾਂ ਕੁਸ਼ਮੋਰਿਓ ਨਜ਼ਰ ਆ ਰਿਹਾ ਹੈ ਇਸ ਤਰ੍ਹਾਂ ਦੀ ਕੰਡੀਸ਼ਨ ਹੈ ਦੀ ਮੋਰਿਓ ਨਿਊ ਡਾਇਮੰਡ ਐਗਰੀਕਲਚਰਲ ਦੇ ਦੋਸਤ ਨੇ ਆਪਣੇ ਖਰੀਲੋ ਰਹਿਮਾਨ ਸਾਹਿਬ ہزار ਮਾਸ਼ਾਅੱਲਾ ਇਹਨਾਂ ਦੇ ਬਹੁਤ ਅੱਛੇ ਹੈ ਇਹ ਇਹ ਬਣਿਆ ਜੀ ਵੈਸੇ 52000 ਰੁਪਏ ਦਾ ਦੇ ਨਾਲ ਇਸ ਟਾਈਮ ਤੋਂ ਤਾਂ 55000 ਦਾ ਬਣਾ ਕੇ ਦੇ ਰਿਹਾ ਲੇਕਿਨ ਮੇਰੇ ਲਈ ਉਹਨਾਂ ਨੇ 52000 ਕਿਹਾ ਸੀ ਫਿਰ ਮੈਂ ਪੈਸੇ ਦੇਣ ਲੱਗੇ 2000 ਹੋਰ ਛਡਵਾ ਲਿਆ ਸੀ ਇਹਨਾਂ ਕੋਲੋਂ 50000 ਚ ਇਕੱਲਾ ਜੰਗਲਾ ਤਿਆਰ ਹੋਇਆ ਇਹ ਇਸ ਤਰ੍ਹਾਂ ਦੀ ਇਹਦੀ ਕੋਈ ਕੰਡੀਸ਼ਨ ਹੈ ਬਾਕੀ ਇਹ ਟਰੈਕਟਰ 18 ਮਾਡਲ ਹੈ ਇਹ ਨੂੰ ਵੇਟ ਲੱਗੇ ਹੋਏ ਦੋਸਤਾਂ ਅੱਗੇ ਵੀ ਦੇਖੇ ਹੋਣੇ ਆ ਦੂਸਰਾ ਹੈ ਸਾਡੇ ਵਾਲੀ ਸਾਈਡ ਤੇ ਹਿੱਚਾਂ ਲੱਗਦੀਆਂ ਕੁਝ ਇਸ ਤਰ੍ਹਾਂ ਦੀਆਂ ਟਰਾਲੀਆਂ ਦੇ ਥੱਲੇ ਹਿੱਚਾਂ ਲੱਗਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਇਹੇ ਚ ਲੱਗਦੀ ਹੈ ਇਹ ਉੱਤੇ ਦੀ ਹਿੱਚ ਲਵਾਈ ਹੈ ਇਹ ਬਣੀ ਹੈ 5000 ਰੁਪਏ ਦੀ ਇਹ ਚ ਲੇਜ਼ਰ ਵੀ ਪੈਂਦਾ ਤੇ ਡਿਸਕਾ ਵੀ ਪੈਣੀ ਹੈ ਇਹ ਥੱਲੇ ਨਜ਼ਰ ਆ ਰਿਹਾ ਤੁਹਾਨੂੰ ਇਹ ਰਾਡ ਥੱਲੇ ਜਾ ਕੇ ਥੱਲੀ ਵਿੱਚ ਪੈ ਜਾਂਦਾ ਇਹ ਉੱਤੇ ਰਾਡ ਤੇ ਇਹ ਇੱਥੇ ਦੋ ਕੋਨੀਆਂ ਲਾ ਕੇ ਤੇ ਇਹਦੇ ਵਿੱਚ ਇੱਥੇ ਆ ਪਾ ਦਣਗੇ ਇਹ ਜੋ ਜਿੱਦਾਂ ਕਿ ਆਪਾਂ ਹੈਚ ਦੇ ਬਾਰੇ ਚ ਗੱਲ ਕਰ ਰਿਹਾ ਸੀ ਇਹ 5000 ਰੁਪਏ ਦੀ ਹੈਚਾ ਕਲੀ ਤਿਆਰ ਹੋਈ ਹੈ ਓਵਰ ਆਲ ਟਰੈਕਟਰ ਦਾ ਛੋਟਾ ਛੋਟਾ ਕੰਮ ਸੀ ਕਰਾਉਣ ਵਾਲਾ ਜਿੱਦਾਂ ਤੁਹਾਨੂੰ ਅੱਗੇ ਦੱਸਿਆ ਐ ਸੈਲਫ ਦਾ 5000 ਰੁਪਏ ਸਲਫ ਤੇ ਲੱਗ ਗਿਆ ਸੀ ਇਹ ਪੰਪ ਦੀ ਸਰਵਿਸ ਰੂਸੀ ਕਰਾਈ ਹੈ ਹੋਰ ਇਹਨੂੰ ਯਾਨੀ ਕਿ ਕੁਛ ਨਹੀਂ ਕੀਤਾ ਨਾ ਅਫਜ਼ਲਾਈ ਸਰਵਿਸ ਕਰਾਈ ਹੈ ਪੰਪ ਦੀ ਸਰਵਿਸ ਸਰਵਿਸ ਕਰਾਈ ਹੈ ਦਾ ਰੂਟਰ ਪਾਲਿਸ਼ ਕਰਾਇਆ ਸੀ ਤੇ ਬਲੇਡ ਨਵੇਂ ਪਾਏ ਆ ਲਾਈਨਰ ਤੇ ਮੈਜਿਕ ਵਾਲ ਤੇ ਉਸ ਤੋਂ ਬਾਅਦ ਪਿਸਟਨ ਤੇ ਫਿਲਟਰ ਨਵਾਂ ਪਾਇਆ ਵਾ ਇਹ तकरीबन ਕੋ 2600 ਰੁਪਏ ਮਜ਼ਦੂਰੀ ਬਣੀ ਸੀ ਤੇ ਮੇਰੇ ਖਾਤੇ ਕੋਈ 2200 2100 ਰੁਪਏ ਦਾ 2200 ਰੁਪਏ ਦਾ ਗਾਲਪਨ ਸਮਾਨ ਆਇਆ ਸੀ ਉਸ ਤੋਂ ਬਾਅਦ ਇਹਦਾ ਰੈਡੀਏਟਰ ਇਹ ਨਵਾਂ ਨਜ਼ਰ ਆ ਰਿਹਾ ਹੋਵੇ ਸ਼ਾਇਦ ਉਸ ਤੋਂ ਵਿੱਚ ਰੈਡੀਏਟਰ ਦਾ ਕੁਝ ਗੜਬੜ ਕਰ ਰਿਹਾ ਸੀ ਟਰੈਕਟਰ ਉਹਦੇ ਵਿੱਚ ਥੋੜਾ ਥੋੜਾ ਮਹਿਸੂਸ ਕਰਾਂਦਾ ਸੀ ਲੀਕ ਛੀਕ ਵੀ ਹੋਇਆ ਰਿਹਾ ਜਾਂਦਾ ਸੀ ਇਹ ਰੈਡੀਏਟਰ ਫਿਰ ਦਾ ਨਵਾਂ ਜਾਲੀ ਚੇਂਜ ਕੀਤੀ ਹੈ ਪੁਰਾਣੀਆਂ ਹੀ ਲਾ ਕੇ ਉਹ ਜਿਹੜੀਆਂ ਸੀਗੀਆਂ ਵਿੱਚ ਇਹਦੇ ਨੀਨਕੀ ਟੈਂਕੀਆਂ ਪੁਰਾਣੀਆਂ ਰੈਡੀਏਟਰ ਦਾ ਚੇਂਜ ਕੀਤਾ ਇਹ ਬਾਕੀ ਇਹ ਜੰਗਲੇ ਤੇ ਕੁਝ ਲੋਕ ਸਾਡੇ ਇੱਥੇ ਬੈਟਰੀ ਸ਼ੈਟਰੀ ਵੀ ਰੱਖ ਲੈਂਦੇ ਲੇਕਿਨ ਅਸੀਂ ਨਹੀਂ ਰੱਖਾਂਗੇ ਕਿਉਂਕਿ ਬੈਟਰੀ ਤੇ ਰੱਖਣ ਦਾ ਨੁਕਸਾਨ ਹੀ ਹੁੰਦਾ ਵਾ ਬੈਟਰੀ ਇੱਥੇ ਨਹੀਂ ਵਾਰੀ ਖਾਂਦੀ ਬੈਟਰੀ ਦੀ ਜਿੱਥੇ ਜੈਨ ਨੂੰ ਥਾਂ ਦੀ ਹੈਗੀ ਹੈ ਉੱਥੇ ਹੀ ਵਾਰੀ ਖਾਂਦੀ ਹੈ ਇਹ ਜਿਹੜਾ ਵਾਇਆ ਕੁਝ ਇਹ ਮੈਂ ਅੱਗੇ ਵੀ ਦੱਸ ਚੁੱਕਿਆ ਦੋਸਤਾਂ ਨੂੰ ਵੀ ਤਾਂ ਥੋੜਾ ਜਿਆਦਾ ਵਾ ਕਿ ਗੰਨੇ ਨੂੰ ਧੱਕਾ ਲਾਣਾ ਹੁੰਦਾ ਨਾ ਇਸ ਕਰਕੇ ਇਹ ਥੋੜਾ ਜਿਹਾ ਵਾਇਆ ਜ਼ਿਆਦਾ ਵਾ ਬਾਕੀ ਟਾਇਰ ਦੇ ਬਦਲਾਏ ਸੀ ਥੋੜਾ ਦੇਰ ਹੀ ਹੋਈ ਹੈ ਟਾਇਰ ਨਵੇਂ ਪਾਏ ਸੀ ਇਹਨੂੰ ਮੋਰਲੇ ਪੈਂਥਰ ਦੇ ਤੇ ਪਿਛਲੇ ਨਾਲ ਦੇ ਜਨਵਰੀ ਅਲੀ ਮੋਰਲੇ ਟਾਇਰ ਇਹਦੇ ਪੈਂਥਰ ਦੇ ਭਾਵੇਂ ਸੀਗੇ ਪਿਛਲੇ ਨਾਲ ਦੇ ਜਨਵਰੀ ਟਾਇਰ ਇਹਦੇ ਤੇ ਮੈਂ ਕਿ ਹੋਰ ਆਲੂ ਕੋ ਟਰੈਕਟਰ ਦੀ ਇਸ ਤਰ੍ਹਾਂ ਦੀ ਲੁੱਕ ਇਹ ਵੇਟ ਚੋਰੀ ਵਾਹ ਸਾਹਿਬ ਦੇ ਥਰੂ ਮੰਗਵਾਏ ਸੀ ਹਨੀਫ ਜਰੀ ਇੰਡਸਟਰੀ ਤੋਂ ਇਹ ਜਿਹਨਾਂ ਦੋਸਤਾਂ ਨੇ ਮੇਰਾ ਚੈਨਲ ਅੱਗੇ ਦੇਖਿਆ ਹੋਇਆ ਉਹਨਾਂ ਨੂੰ ਪਤਾ ਹੋਣਾ ਜਦੋਂ ਫਿਟ ਕੀਤੇ ਸੀਗੇ ਇਸ ਗੱਲ ਨਾਲ ਆਜ਼ਾਦ ਚ ਉਹਨੇ ਦੋਆ ਜੀ ਆ ਲੈਕ